ਸੰਸਾਰ ਦੇ ਸਮੂਹ ਅੰਬੇਡਕਰਵਾਦੀ ਬਜ਼ੁਰਗ ਮਾਤਾਵਾਂ ਭੈਣਾਂ ਅਤੇ ਬੱਚਿਆਂ ਨੂੰ ਐਸਰੋ ਕਨੇਡਾ ਦੇ ਸਮੂਹ ਮੈਂਬਰਾਂ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ 129ਵੇਂ ਜਨਮ ਦਿਨ 'ਤੇ ਕੋਟੀ ਕੋਟ ਨਮੋ ਵਧਾਏ। ਜੈ ਭੀਮ, ਜੈ ਭਾਰਤ। ਇੱਥੇ ਦੱਸਣਾ ਬਣਦਾ ਹੈ ਕਿ ਸਿਟੀ ਆਫ ਬਰਨਬੀ ਦੇ ਮੇਅਰ ਮਾਈਕਲ ਹਾਰਲੀ ਅਤੇ ਸੈਬ ਧਾਲੀਵਾਲ ਅਤੇ ਉਹਨਾਂ ਦੇ ਸਹਿਯੋਗੀ ਕੌਂਸਲਰਾਂ ਮੈਂਬਰ ਸਾਹਿਬਾਨਾਂ ਦੇ ਸਦਕੇ ਹੀ ਮੇਅਰ ਮਾਈਕ ਹਾਰਲੀ ਨੇ ਬਾਬਾ ਸਾਹਿਬ ਦੇ ਜਨਮ ਦਿਨ ਉੱਪਰ ਘੋਸ਼ਣਾ ਕੀਤੀ ਹੈ ਕਿ 14 April ਬਰਥਡੇ ਆਫ ਡਾਕਟਰ ਬੀ ਆਰ ਅੰਬੇਡਕਰ ਐਜ਼ ਦਾ ਇਕੁਐਲਿਟੀ ਡੇ ਇਨ ਬਰਨਬੀ ਘੋਸ਼ਿਤ ਕੀਤਾ ਗਿਆ ਹੈ। ਐਸਰੋ ਕਨੇਡਾ ਦੇ ਸਮੂਹ ਮੈਂਬਰਾਂ ਵੱਲੋਂ ਮੇਅਰ ਮਾਈਕਲ ਹਾਰਲੀ ਨੂੰ ਦਿਲੋਂ ਹਾਰਦਿਕ ਵਧਾਈਆਂ ਦਿੰਦੇ ਹਨ ਅਤੇ ਸਾਡੇ ਵਾਸਤੇ ਬਹੁਤ ਮਾਣ ਸਤਿਕਾਰ ਵਾਲੀ ਗੱਲ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਨੇਡਾ ਇੱਕ ਮਲਟੀਕਲਚਰਲ ਦੇਸ਼ ਹੈ ਜਿੱਥੇ ਸਾਰਿਆਂ ਦਾ ਸਤਿਕਾਰ ਬੇਗਮਪੁਰਾ ਦੀ ਫਿਲਾਸਫੀ ਅਧੀਨ ਹੈ ਅਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਪੂਰੀ ਤਰ੍ਹਾਂ ਕਨੇਡਾ ਵਿੱਚ ਦੇਖਣ ਨੂੰ ਮਿਲਦੀ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਾਬਕਾ ਮੇਅਰ ਕੋਰੀਗਨ ਨੇ ਬਰਨਬੀ ਦੇ ਦਫ਼ਤਰ ਜਿੱਥੇ ਸਿਟੀ ਦੇ ਲੋਕਾਂ ਦੀ ਭਲਾਈ ਵਾਸਤੇ ਫੈਸਲੇ ਲਏ ਜਾਂਦੇ ਹਨ ਉੱਥੇ ਉਹਨਾਂ ਨੇ ਡਾਕਟਰ ਅੰਬੇਡਕਰ ਸਾਹਿਬ ਦੀ ਫੋਟੋ ਮੇਅਰ ਦੀ ਕੁਰਸੀ ਉੱਪਰ ਲਗਾਈ ਹੋਈ ਹੈ ਤਾਂ ਜੋ ਡਾਕਟਰ ਭੀਮ ਰਾਓ ਅੰਬੇਡਕਰ ਦੀ ਫਿਲਾਸਫੀ ਦੇ ਅਧੀਨ ਕੋਈ ਕਾਰਜ ਕੀਤੇ ਜਾ ਸਕਣ। ਵੈਨਕੂਵਰ ਦੀ ਅੰਬੇਡਕਰਵਾਦੀਆਂ ਵੱਲੋਂ ਆਪਣਾ ਕੀਮਤੀ ਸਮਾਂ ਕੰਮਾਂ ਕਾਰਾਂ ਤੋਂ ਕੱਢ ਕੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਸਾਰੇ ਸੰਸਾਰ ਵਿੱਚ ਫੈਲਾ ਰਹੇ ਹਨ। ਵੈਨਕੂਵਰ ਵਿੱਚ ਲੰਬੇ ਸਮੇਂ ਤੋਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਵਧਾਉਣ ਦੇ ਯਤਨਾਂ ਵਿੱਚ ਸਭ ਤੋਂ ਪਹਿਲਾਂ ਸ਼੍ਰੀਮਾਨ ਮੋਹਨ ਬੰਗਾ ਬੋਧਸੱਤਵ ਅਤੇ ਉਹਨਾਂ ਦੇ ਸੂਝਵਾਨ ਸਾਥੀਆਂ ਨੇ 1978 ਵਿੱਚ ਅੰਬੇਡਕਰ ਮੈਮੋਰੀਅਲ ਸੰਸਥਾ ਦੀ ਪਹਿਲਕਦਮੀ ਕੀਤੀ ਸੀ ਅਤੇ ਉਹਨਾਂ ਦੀ ਜਗਾਈ ਹੋਈ ਵਿਚਾਰਧਾਰਾ ਨੂੰ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ, ਏਕਸ ਆਫ ਕੈਨੇਡਾ ਅਤੇ ਐਸਰੋ ਕਨੇਡਾ ਵੱਲੋਂ ਇਸ ਵਿਚਾਰਧਾਰਾ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਹਿਲੀ ਵਾਰ ਕੈਨੇਡਾ ਸਰਕਾਰ ਦੇ ਮੰਤਰੀਆਂ ਨਾਲ ਸਾਂਝ ਕੀਤੀ ਗਈ ਸੀ। ਵੈਨਕੂਵਰ ਵਿੱਚ ਸ਼੍ਰੀ ਗੁਰੂ ਰਵਿਦਾਸ ਸਭਾ, ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹਨ। ਇੰਡੀਅਨ ਬੁੱਧਿਸਟ ਸੁਸਾਇਟੀ ਅਤੇ ਸੰਤ 108 ਡੇਰਾ ਬੱਲਾਂ ਦੇ ਟਰੱਸਟ ਵੀ ਹਨ ਜੋ ਸਮੇਂ ਸਮੇਂ 'ਤੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਫੈਲਾਉਣ ਵਾਸਤੇ ਉਪਰਾਲੇ ਕਰਦੇ ਰਹਿੰਦੇ ਹਨ। BC ਦੇ ਅਸੈਂਬਲੀ ਹਾਲ ਵਿੱਚ ਵੀ ਸ਼੍ਰੀ ਗੁਰੂ ਰਵਿਦਾਸ ਜੀ ਅਤੇ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਜਯੰਤੀ ਬਹੁਤ ਸ਼ਰਧਾਪੂਰਵਕ ਮਨਾਈ ਜਾ ਚੁੱਕੀ ਹੈ। ਵੈਨਕੂਵਰ ਦੇ ਸਮੂਹ ਅੰਬੇਡਕਰਵਾਦੀ ਲੋਕ ਆਪਸੀ ਮੇਲ ਮਿਲਾਪ ਕਰਕੇ ਸਾਂਝੇ ਤੌਰ 'ਤੇ ਡਾਕਟਰ ਬੀ ਆਰ ਅੰਬੇਡਕਰ ਦੀ ਵਿਚਾਰਧਾਰਾ ਅਧੀਨ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਬਾਬਾ ਸਾਹਿਬ ਦਾ ਬੁੱਤ ਲਗਾਇਆ ਗਿਆ ਸੀ ਅਤੇ ਸਟੂਡੈਂਟ ਫੰਡਸ ਵਜ਼ੀਫੇ ਦੀ ਸਕੀਮ ਵੀ ਸ਼ੁਰੂ ਕੀਤੀ ਗਈ ਸੀ। ਸਰੀ ਦੇ ਸ਼ਹਿਰ ਲਾਇਬ੍ਰੇਰੀ ਵਿੱਚ ਡਾਕਟਰ ਬੀ ਆਰ ਅੰਬੇਡਕਰ ਦਾ ਨਾਮ ਅਤੇ ਰੂਮ ਨੰਬਰ 418 ਬਣਾਇਆ ਗਿਆ ਸੀ ਜਿੱਥੇ ਬਾਬਾ ਸਾਹਿਬ ਦੀ ਵਿਚਾਰਧਾਰਾ ਤਹਿਤ ਗੱਲਬਾਤ ਹੁੰਦੀ ਰਹਿੰਦੀ ਹੈ। ਸਭ ਤੋਂ ਮਹੱਤਵਪੂਰਨ ਹੈ ਕਿ ਵੈਨਕੂਵਰ ਵਿੱਚ ਪਹਿਲੀ ਦਲਿਤ ਕਾਨਫਰੰਸ ਵੀ ਕਰਵਾਈ ਗਈ ਸੀ ਜਿੱਥੇ ਪੂਰੀ ਦੁਨੀਆ ਤੋਂ ਲੋਕਾਂ ਨੇ ਭਾਗ ਲਿਆ ਸੀ ਅਤੇ ਆਪਣੇ ਵਡਮੁੱਲੇ ਵਿਚਾਰ ਵੀ ਦਿੱਤੇ ਗਏ ਸਨ। ਇਹ ਕਾਨਫਰੰਸ ਇੱਕ ਵੈਨਕੂਵਰ ਵਿੱਚ ਮੀਲ ਪੱਥਰ ਵਜੋਂ ਸਾਬਤ ਹੋਈ ਸੀ। ਐਸਰੋ ਕਨੇਡਾ ਦੇ ਮੈਂਬਰ ਸਾਹਿਬਾਨ ਮਹਾਤਮਾ ਜੋਤੀ ਰਾਓ ਫੂਲੇ ਜੀ ਅਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ 129ਵੇਂ ਜਨਮ ਦੇ ਸ਼ੁਭ ਕਾਮਨਾ ਦਿੰਦਾ ਹੈ ਅਤੇ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਆਪਸੀ ਮਤਭੇਦ ਭੁਲਾ ਕੇ ਸਮਾਜ ਲਈ ਕੰਮ ਕਰੋ ਤਾਂ ਜੋ ਅਸੀਂ ਬਾਬਾ ਸਾਹਿਬ ਜੀ ਦੇ ਅਧੂਰੇ ਸੁਪਨੇ ਨੂੰ ਪੂਰਾ ਕਰ ਸਕੀਏ। ਜੈ ਮਹਾਤਮਾ ਫੂਲੇ ਜੀ, ਜੈ ਭੀਮ, ਜੈ ਭਾਰਤ।